हाँ जी दोस्तों, सारे वीरां नूं प्यार भरी सति श्री अकाल। मैं थोड़ा अपना सुखी शेरगिल, पिंड हरीगढ़, जिला बरनाला। तो तुम साड़ी वीडियो देख रहे हो साडे फेसबुक पेज ते यूट्यूब चैनल पंज आप पैदावार ते। ते मानसा मंडी दे विच मैं तुहानूं मझां दिखाउणा जिथे सेल बरा वाले बाई लैके आए नेगे, ते आपां उहनां नाल गलबात करांगे। बाई सति श्री अकाल। दो वारी जी, दो पंज वारी पंज वारी होर ठीक है बाई? वधिया जी। ते की नाम बाई दा? बिकर जी। ਬਿੱਕਰ, ਪਿੰਡ ਸੇਲਵਰਾ? ਮਹਾਰਾਜ ਜੀ। ਪਿੰਡ ਮਹਾਰਾਜ, ਜ਼ਿਲ੍ਹਾ ਬਠਿੰਡਾ? ਪਿੰਡ ਮਹਾਰਾਜ, ਜ਼ਿਲ੍ਹਾ ਬਠਿੰਡਾ। ਮਹਾਰਾਜ ਵਾਲੇ ਬਿੱਲੇ ਨੇ ਤਾਂ ਪੂਰੇ ਪੰਜਾਬ ਦੇ ਵਿੱਚ ਛੱਡ, ਪੂਰੇ ਵਰਲਡ ਲੈਵਲ 'ਤੇ ਨਾਂ ਚਮਕਾ ਰੱਖਿਆ। ਅਤੇ ਬਾਈ ਹੋਰੀ ਮੱਝਾਂ ਲੈ ਕੇ ਆਏ ਨੇ, ਚਲੋ ਆਪਾਂ ਇਸ ਰਿਲੇਟਡ ਗੱਲ ਕਰਦੇ ਹਾਂਗੇ ਬਾਈ। ਇਹ ਨੀਲੀ ਦਾ ਵੀ ਹੈ? ਹਾਂਜੀ ਅਸਲ। ਠੀਕ ਹੈ। ਅਤੇ ਇਹਨੂੰ ਮਾੜਾ ਉਹਨਾਂ ਨੂੰ ਝੁਕਾ ਤਾ, ਕਿਸੇ ਬੰਦੇ ਲਾ ਤਾ ਡਿਊਟੀ ਉੱਧਰ ਨੂੰ। ਕਹਿੰਦੇ ਸੂਏ ਆ ਬਾਈ ਇਹ? ਤੀਜੇ ਸੂਏ ਆ। ਤੇ ਨਾਲ ਕੀ ਆ ਇਹਦੇ, ਕੱਟਾ ਜਾਂ ਕੱਟੀ? ਨਾਲ ਇਹਦੇ ਕੱਟਾ ਤੇ ਯੁਵਰਾਜ ਦਾ ਹੈ। ਠੀਕ ਹੈ, ਯੁਵਰਾਜ ਦਾ ਕੱਟਾ। ਮਿੱਤਰੋ ਲੇਵਾ ਲੂਵਾ ਦੇਖ ਲਓ। ਤੇ ਦੁੱਧ ਕਿੰਨਾ ਬਾਈ ਇਹ ਥੱਲੇ? 18 ਲੀਟਰ ਤਿਆਰ ਆ। 18 ਲੀਟਰ ਤਿਆਰ ਆ। ਸੂਈ ਨੂੰ ਕਿੰਨੇ ਦਿਨ ਹੋ ਗਏ? ਹਫ਼ਤਾ ਇੱਕ। ਕਿੰਨੇ ਰੁਪਏ ਮੰਗਦਾ ਇਹਦੇ? 1.5 ਲੱਖ। 1.5 ਲੱਖ ਰੁਪਇਆ, ਠੀਕ ਹੈ। ਤੇ ਆਹ ਮੱਝ ਬਾਰੇ ਬਾਈ? ਇਹ ਗੱਭਣ। ਇਹ ਗੱਭਣ ਹੈ। ਤੇ ਕਿੰਨੇ ਟਾਈਮ ਦੀ ਬਾਈ? 5-4 ਦਿਨ। ਠੀਕ ਹੈ। ਤੇ ਵੈਸੇ ਹੈ ਤਾਂ ਇਹ ਮੈਨੂੰ ਕਿੰਨੀ ਵੀ ਪੁਰਾਣੀ ਕਿੰਨੀ ਹੈ, ਮਤਲਬ ਵੀ ਕਿਵੇਂ? ਅੱਛਾ, ਚੌਥੇ ਸੂਏ ਸੂਗੀ ਇਹ। ਠੀਕ ਹੈ। ਤੇ ਆਜਾ ਇੱਧਰਲੀ ਬਾਰੇ ਗੱਲ ਕਰ ਰਹੇ, ਜਿਹੜੀ ਤਾਜ਼ੀ ਬੰਨਣ ਨੂੰ ਕੁਛ ਨਹੀਂ, ਗੇੜਾ ਦਬਾ ਦਾਂਗੇ, ਇਹਨੂੰ ਵੀ ਖੋਲ ਲਈਦਾ ਵੀ ਗੇੜਾ ਦਿਖਾ ਦਾਂਗੇ ਮਾੜਾ ਜਿਹਾ। ਤੇ ਮੱਝਾਂ ਦੇ ਵਿੱਚ ਉਹ ਹੈਗਾ ਬਾਈ ਹੋਰੀ ਵੀ, ਤੁਸੀਂ ਦੇਖ ਸਕਦੇ ਹੋ ਕਿ ਆਲੇ ਦੁਆਲੇ ਬਹੁਤ ਸਾਰੇ ਵੀਰ ਖੜੇ ਨੇ। ਹੋਰ ਬਾਈ ਠੀਕ ਹੋਈ ਸਾਰੇ? ਹਾਂ ਹਾਂ ਹਾਂ। 18 ਹੁਣ ਤਿਆਰ ਆ। ਤੇ ਮਹਾਰਾਜ ਵਾਲਾ ਬਾਈ ਕਹਿੰਦਾ ਤਾਂ 20 ਕਿਲੋ ਦਾ ਰਿਕਾਰਡ ਹੈ। ਤੇ ਬਾਕੀ ਚੱਡਾ ਚੁੱਡਾ ਦੇਖ ਸਕਦੇ ਹੋ ਤੁਸੀਂ। ਮੋੜ ਲੈ ਬਾਈ, 1.5 ਲੱਖ ਰੁਪਇਆ ਮੰਗਿਆ ਦਾ? ਹਾਂਜੀ ਵੀਰ ਜੀ, 1.5 ਲੱਖ ਰੁਪਇਆ ਬਾਈ ਮੰਗ ਰਿਹਾ। ਕਹਿੰਦਾ ਦੁੱਧ ਦਾ 20 ਕਿਲੋ ਦਾ ਰਿਕਾਰਡ ਆ, 18 ਕਿਲੋ ਹੁਣ ਤਿਆਰ ਹੈ, ਮਤਲਬ 20 ਤੇ ਪਹੁੰਚ ਜਾਣਾ ਇਹਨੇ। ਤੇ ਹੁਣ ਆਪਾਂ ਤੁਹਾਨੂੰ ਦਵਾਉਣੇ ਜਾਣਕਾਰੀ ਆ ਮੱਝ ਬਾਰੇ। ਤੇ ਚੱਡਾ ਚੁੱਡਾ ਦੇਖ ਲਓ ਤੁਸੀਂ ਚੰਗੀ ਤਰ੍ਹਾਂ, ਤੇ ਖੋਲ ਕੇ ਵੀ ਗੇੜਾ ਦਵਾਉਣੇ ਆ ਬਾਈ ਇਹਦਾ। ਤੇ ਆਹ ਮੰਗ ਰਹੇ ਕੀ ਆ ਬਾਈ, ਕੱਟਾ ਕੱਟੀ? ਕੱਟਾ ਜੀ, ਕੱਟਾ। ਕੱਟਾ ਆ ਬਾਈ, ਇੱਧਰ ਨੂੰ ਆਇਆ ਸੰਗ ਕੱਟਾ। ਠੀਕ ਹੈ। ਕਿਵੇਂ ਸੂਏ ਬਾਈ ਇਹ? ਬਾਈ ਤੀਜੇ ਸੂਏ ਆ। ਤੀਜੇ ਸੂਏ ਹੈ। ਤੇ ਦੁੱਧ ਕਿੰਨਾ ਹੁਣ ਇਹਦੇ ਮਗਰ? ਦੁੱਧ 13 ਲੀਟਰ ਆ ਜੀ। 13 ਲੀਟਰ ਲਿਆ ਇਹਨੂੰ, ਮਾੜਾ ਗੇੜਾ ਦਵਾਈ ਦਿਖਾਈ ਇਹਦਾ ਯੁਰਕਾ। ਪਿੰਡ ਕਿਹੜਾ ਬਾਈ ਹੋਰਾਂ ਦਾ? ਅੱਛਾ, ਸੇਲਵਰਾ ਤੋਂ ਨੇ ਪਿੰਡ ਬਾਈ ਹੋਰੀ। ਮਹਾਰਾਜ ਤੇ ਸੇਲਵਰਾ ਲਵੀ ਆ, ਮਹਾਰਾਜ ਤੇ ਸੇਲਵਰਾ ਵਾਲਿਆਂ ਦੀ ਅੱਡਾ ਲੱਗਿਆ। ਮੋੜ ਲਿਆ। ਹਾਂ ਹਾਂ ਬਾਈ, ਆਊਂ ਇੱਧਰ ਵੀ ਆਊਂਗਾ। ਤੇ 16 ਲੀਟਰ ਦੁੱਧ ਕੱਢਦੀ ਆ। ਕਹਿੰਦਾ ਕਿੰਨੇ ਰੁਪਏ ਮੰਗਦਾ ਬਾਈ? 90,000 ਰੁਪਇਆ ਮੰਗਦਾ। ਤੇ ਆਹ ਮੰਗ ਰਹੇ ਜਾਨਵਰ ਕਿਹੜਾ? ਕੱਟਾ ਆ ਪਿਆ ਹਨਾ। ਠੀਕ ਹੈ, ਕੱਟਾ। ਤੇ ਆਹ ਮੱਝ ਦੇ ਮੰਗ ਰਹਾ ਕੱਟੀ। ਬਾਈ ਤੁਸੀਂ ਕਿਹੜੀ ਮੱਝ ਵੱਲ ਦੱਸਣਾ ਚਾਹੋਗੇ? ਤੇ ਠੀਕ ਹੈ, ਇੱਧਰ ਬਾਈ ਹੋਰ ਉਹ ਕਰਦੇ ਆ ਬਾਈ, ਕਰਦੇ ਆ, ਇੱਕ ਮਿੰਟ ਰੋਕ ਲਾ। ਕੀ ਨਾਮ ਬਾਈ ਦਾ? ਬੱਗਾ ਸਿੰਘ। ਕਿਹੜਾ ਪਿੰਡ ਹੈ? ਸਧਾਣਾ। ਠੀਕ ਹੈ। ਤੇ ਆਹ ਮੱਝ ਕਿਵੇਂ ਸੂਏ ਬਾਈ? ਦੂਜੇ ਸੂਏ ਖੜਾ ਹੋ ਜਾ। ਦੂਜੇ ਸੂਏ ਸੂਈਆ। ਤੇ ਇਹ ਬਾਈ ਵੀ ਮੱਝ ਮੂੰਹ ਕਰੰਟ ਨਹੀਂ ਕੱਢਦਾ, ਮਿਲਦਾ ਮੱਝ ਵਾਲੀ ਬੋਲੀ ਪੀਤੀ ਨਹੀਂ ਤੈ? ਪਰਸੋਂ ਸੂਈ ਹੈ। ਠੀਕ ਹੈ। ਤੇ ਦੂਜੇ ਸੂਏ ਸੂਈਆ ਦੁੱਧ ਕਿੰਨਾ ਬਾਈ ਬੋਲੀ ਦਾ? ਘਰਦੇ ਹੀ ਆਪਣੇ ਜਾਨਵਰ ਇਹ? ਅੱਛਾ, ਪਿੰਡੋਂ ਲਈ ਆ, ਘਰ ਦੇ ਬੰਦੇ। ਦੋਸਤੋ ਤੁਸੀਂ ਬਾਕੀ ਚੱਡਾ ਵਗੈਰਾ ਦੇਖ ਸਕਦੇ ਹੋਗੇ। ਤੇ ਬਾਕੀ ਮਾਨਸਾ ਮੰਡੀ ਤੇ ਜਾਨਵਰ ਆਈ ਸੀ, ਹੋ ਸਕਦਾ ਕੱਲ ਨੂੰ 20 ਤਰੀਕ ਨੂੰ 20 ਨਵੰਬਰ ਨੂੰ ਮੌੜ ਮੰਡੀ ਵੀ ਮੰਡੀ ਲੱਗ ਰਹੀ ਆ, ਉੱਥੇ ਵੀ ਪਹੁੰਚਣਗੇ ਬਾਈ? ਉੱਥੇ ਵੀ ਜਾਓਗੇ? ਤੇ ਮੌੜ ਮੰਡੀ ਵੀ ਜਾਣਗੇ ਵਪਾਰੀ ਬੰਦੇ ਨੇਗੇ। ਤੇ ਬਾਕੀ ਪਸ਼ੂ ਤੁਸੀਂ ਆਪਦੀ ਉਸ ਤੇ ਲੈਣਾ, ਆਪਦੀ ਨਿਰਖ ਤੇ ਲੈਣਾ। ਮਗਰ ਕੀ ਆ ਬਾਈ ਇਹਦੇ? ਕੱਟਾ। ਠੀਕ ਹੈ। ਦੁੱਧ ਕਿੰਨਾ ਕੱਢਿਆ? ਐਤਕੀ 16 ਕਿਲੋ ਕੱਢਣ ਦੀ ਆਸ ਆ ਜਾਣੀ। ਠੀਕ ਹੈ। ਕਿੰਨੇ ਰੁਪਏ ਮੰਗਦਾ? 1,15,000 ਰੁਪਇਆ ਮੰਗਦਾ। ਤੇ ਇਹਦਾ ਕੋਈ ਕੱਟੇ ਦਾ ਹੈਗਾ ਰਿਕਾਰਡ ਵਗੈਰਾ ਕਿਹਦਾ? ਕੋਈ ਰਿਕਾਰਡ ਆਨਾ ਹੋਣੀ ਹੈ। ਠੀਕ ਹੈ ਬਿਲਕੁਲ ਬਾਈ, ਬਿਲਕੁਲ ਬਹੁਤ ਵਧੀਆ ਗੱਲ ਕਹੀ ਆ ਬਾਈ ਨੇ। ਤੇ ਠੀਕ ਹੈ ਦੋਸਤੋ, ਧੰਨਵਾਦ।